ਆ ਆ ਪੰਚ ਇਹਨਾਂ ਦਾ ਜਰਨੈਲ ਸਿੰਘ ਦੇ ਖਿਲਾਫ ਆ, ਉਹ ਧਰਮਪ੍ਰਸਤ ਕਿੱਦਾਂ ਹੋ ਗਿਆ ਹਨਾ? ਹੁਣ ਜਰਨੈਲ ਸਿੰਘ ਦੇ ਵਿਰੁੱਧ ਕਹਿਣਾ ਮਤਲਬ ਧਰਮ ਦੇ ਵਿਰੁੱਧ ਬੋਲਣਾ, ਅੱਗੇ ਤਾਂ ਪਹਿਲਾਂ ਕੌਮ ਦੇ ਵਿਰੁੱਧ ਕਹਿੰਦੇ ਹੁੰਦੇ ਸੀ ਨਾ, ਹੁਣ ਤਾਂ ਧਰਮ ਆ ਗਿਆ ਹਨਾ। ਹੁਣ ਟਕਸਾਲ ਜਿਹੜੀ ਆ, ਟਕਸਾਲ ਧੁੰਮਾ ਰਾਮ ਸਿੰਘ ਅਜਨਾਲਾ ਹਾਂਜੀ ਹਨਾ, ਉਹ ਇੱਦਾਂ ਆ ਜਿੱਦਾਂ ਕੌਮ ਦੀਆਂ ਮਿਸਲਾਂ ਸੀਆਂ, ਸਿੱਖ ਕੌਮ ਮਿਸਲਾਂ 'ਚ ਵੱਡੀ ਉਹ ਸੀ, ਇੱਦਾਂ ਟਕਸਾਲ। ਹੁਣ ਚਾਹੀਦਾ ਤਾਂ ਇਹਨਾਂ ਨੂੰ ਇਹ ਆ ਵੀ ਵੀ ਦੇਖੋ ਜੀ, ਕੁਛ ਬੰਦੇ ਟਕਸਾਲ ਦੀ ਸੋਚ ਰੱਖਦੇ ਆ, ਕੁਛ ਬੰਦੇ ਅਖੰਡ ਕੀਰਤਨੀ ਜਥੇ ਦੀ ਸੋਚ ਰੱਖਦੇ ਆ, ਕੁਛ ਢੱਡਰੀਆਂ ਵਾਲੇ ਦੇ ਵਿਚਾਰਾਂ ਦੇ ਨਾਲ ਸਹਿਮਤ ਆ, ਕੁਛ ਮਿਸ਼ਨੀ ਕਾਲਜ, ਕੁਛ ਧੁੰਦੇ ਹੋਣਾ ਨਾਲ, ਕੁਛ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਹਨਾ। ਵੀ ਇਹ ਇੱਦਾਂ ਆ ਜਿੱਦਾਂ ਕੌਮ ਦੀਆਂ ਮਿਸਲਾਂ ਸੀਗੀਆਂ, ਠੀਕ ਆ? ਵੀ ਸਾਰੇ ਵਿਚਾਰ ਵੱਖਰੇ ਵੱਖਰੇ ਰੱਖਦੇ ਆ। ਹੁਣ ਮਿਸਲਾਂ 'ਚ ਕੀ ਸੀ, ਆਪਸ ਵਿੱਚ ਹੀ ਵਿਚਾਰ ਵੱਖਰੇ ਰੱਖਦੇ ਸੀ, ਟਕਰਾਅ ਵੀ ਸੀਗਾ, ਪਰ ਸੀਗੇ ਸਿੱਖ ਸਾਰੇ, ਕੌਮ ਬਾਰੇ ਸੋਚਦੇ ਸੀ, ਫਿਰ ਤਾਂ ਗੱਲ ਬਣਦੀ ਹੈ ਹਨਾ। ਵੀ ਤੁਸੀਂ ਬਾਕੀਆਂ ਨੂੰ ਤਾਂ ਛੇਕਣ ਦੀ ਗੱਲ ਕਰ ਦਿੱਤੀ, ਉਹਨੂੰ ਤਾਂ ਨਕਾਰਾ ਕਰ ਦਿੱਤਾ ਸਾਰਾ ਮੁੱਢ ਤੋਂ ਹਨਾ। ਇਕੱਲੀ ਟਕਸਾਲ ਨੂੰ ਲੈ ਕੇ, ਉਹਦੇ ਹਿੱਸਿਆਂ ਲੈ ਕੇ ਕਹਿੰਦੇ ਜਿੱਦਾਂ ਕੌਮ ਦੀਆਂ ਮਿਸਲਾਂ ਸੀਗੀਆਂ, ਇੱਦਾਂ ਟਕਸਾਲ ਹੀ ਕੌਮ ਆ, ਟਕਸਾਲ ਹੀ ਕੌਮ ਆ, ਠੀਕ ਹੈ। ਹੁਣ ਪਿੰਡਾਂ ਵਾਲੇ ਦੇ ਵਿਰੁੱਧ ਬੋਲਣਾ ਧਰਮ ਦੇ ਵਿਰੁੱਧ, ਧਰਮ ਦੇ ਵਿਰੁੱਧ, ਜਿਹੜਾ ਪਿੰਡਾਂ ਵਾਲੇ ਦੇ ਵਿਰੁੱਧ ਬੋਲਦਾ ਉਹ ਧਾਰਮਿਕ ਤਾਂ ਹੋ ਹੀ ਨਹੀਂ ਸਕਦਾ ਨਾ, ਤਾਂ ਤਕਲੀਫ ਹੁੰਦੀ ਆ। ਸਾਰਾ ਬਕਵਾਸ ਆ ਜੀ ਇਹ, ਬਸ ਐਵੇਂ ਐਵੇਂ ਮੜ ਦਿੱਤਾ ਗਿਆ। ਇੱਥੇ ਨਿਊਜ਼ੀਲੈਂਡ 'ਚ ਵੀ ਅਸੀਂ ਕਹਾਣੀ ਸੁਣੀ ਸੀ, ਉਹ ਕੁੜੀ ਨੂੰ ਪੱਕੀ ਕਰਾਉਣਾ ਸੀਗਾ, ਠੀਕ ਆ, ਇੰਡੀਆ ਤੋਂ ਵੀਜ਼ਾ ਲਵਾਉਣਾ ਸੀ, ਉਹ ਬੰਦਾ ਸੀ ਤਬਲਾ ਵਜਾਉਂਦਾ, ਉਹ ਨਾਲ ਇੱਕ ਆਪਣੀ ਕੁੜੀ ਨੂੰ ਲੈ ਆਇਆ, ਇੱਕ ਹੋਰ ਨੂੰ ਲੈ ਆਇਆ, ਉਹਦੇ ਬਾਰੇ ਇੱਥੇ ਨਹੀਂ ਕਹਾਣੀ ਮਾਰ ਸਾਡੇ ਖਾਲਿਸਤਾਨੀਆਂ ਨੇ, ਇਹ ਜੀ ਉਹ ਬੀਬੀ ਆਈ ਦੀ ਭੈਣ ਨੇ ਇੱਥੇ ਟੈਂਕ ਦੇ ਮੂਹਰੇ ਛਾਲ ਮਾਰੀ ਸੀ, ਠੀਕ ਆ, ਉਹ 5 ਸਾਲ ਦੀ ਸੀ, ਇਹ ਪਤਾ ਨਹੀਂ ਛੋਟੀ ਸੀ 3 ਸਾਲ ਦੀ ਉਦੋਂ, ਠੀਕ ਆ, ਅਤੇ ਉਦੋਂ ਉੱਥੋਂ ਵਿਛੜ ਗਈ, ਅਤੇ ਹੁਣ ਇਹ ਭਾਈ ਸਾਹਿਬ ਇਹ ਵੀ ਸੰਘਰਸ਼ ਨਾਲ ਜੁੜੇ ਹੋਏ ਸੀ ਤਬਲੇ ਵਾਲੇ ਜਿਹੜੇ ਆ, ਇੱਦਾਂ ਵੀ ਇਹ ਫਿਰ ਹੁਣ ਇੱਕਦਮ ਰੇਲਵੇ ਸਟੇਸ਼ਨ 'ਤੇ ਖੜੀ, ਉਹਨਾਂ ਨੇ ਦੇਖ ਲਈ, ਉਹਨੇ ਪਛਾਣ ਲਈ, ਇੱਦਾਂ ਉਹਨੇ ਫਿਰ ਇੱਦਾਂ ਕਰਕੇ, ਅਤੇ ਉੱਥੇ ਬੋਲੇ ਸੋ ਨਿਹਾ ਮੁਰ ਬੈਠੇ ਹੁੰਦੇ ਇੱਦਾਂ, ਠੀਕ ਹੈ, ਮੁੜ ਕੇ ਇੱਦਾਂ ਕੋਈ ਯੋਧਾ ਖੜਾ ਹੋ ਜਾਂਦਾ ਵੀ ਮੈਂ ਸਾਈਨ ਕਰਾ ਕੇ ਪੱਕੀ ਕਰਾ ਦਿੰਦਾ, ਠੀਕ ਹੈ, ਵਿਆਹ ਕਰਾ ਕੇ ਪੱਕੀ ਹੋ ਗਈ, ਫਿਰ ਹੋਰ ਕੋਈ ਯੋਧਾ ਖੜਾ ਹੋ ਜਾਂਦਾ ਕਹਿੰਦਾ ਮੇਰੀ ਮਾਸੀ ਦੇ, ਮੈਂ ਖਾਲਿਸਤਾਨ ਦੀ ਸੇਵਾ ਬਹੁਤ ਕੀਤੀ ਆ, ਹੁਣ ਮੇਰੀ ਮਾਸੀ ਦਾ ਮੁੰਡਾ ਕੱਚਾ ਆ, ਉਹਨੂੰ ਵਿਆਹ ਦਿਓ ਤੁਸੀਂ, ਉਹਦੀ ਸਾਰੇ ਰਲ ਮਿਲ ਕੇ, ਰਲ ਮਿਲ ਕੇ ਭਰਾਵੋ ਨਾ ਬਕਵਾਸ ਕਰੋ, ਕੌਮ ਨੂੰ ਉੱਲੂ ਨਾ ਬਣਾਓ, ਇੱਦਾਂ ਸ਼ਹੀਦੀਆਂ ਨਹੀਂ ਮਿਲਦੀਆਂ, ਇੱਦਾਂ ਸ਼ਹੀਦ ਨਹੀਂ ਕਹਿੰਦੇ ਉਹਨੂੰ, ਇੱਦਾਂ ਟੈਂਕ ਨਹੀਂ ਰੁਕਦੇ ਹੁੰਦੇ, ਇੱਦਾਂ ਟੈਂਕਾਂ ਦੇ ਮੂਹਰੇ ਬੰਬ ਬੰਨ ਕੇ ਨਿਆਣਿਆਂ ਨੇ ਸਹੁੰ ਖਾਧੀ, ਉਹ ਤੁਸੀਂ ਮਰ ਗਏ ਸੀ ਤੁਸੀਂ, ਬਾਕੀ ਅਮਰੀਕ ਸਿੰਘ ਦੀ ਕੁੜੀ ਨੂੰ ਤਾਂ ਕੰਜਰੋਂ ਬਾਹਰ ਛੱਡ ਕੇ ਗਏ ਤੁਸੀਂ, ਬਾਕੀ 2.5-3 ਸਾਲ ਦੇ ਨਿਆਣਿਆਂ ਨੂੰ ਤੁਸੀਂ ਟੈਂਕਾਂ ਦੇ ਮੂਹਰੇ ਸਿੱਟਦੇ ਰਹੇ, ਆਪਣਿਆਂ ਨੂੰ ਸਿੱਟਦੇ, ਤਾਂ ਤੁਹਾਡੇ ਤਾਂ ਸਾਰੇ ਸੁਰੱਖਿਅਤ ਫਿਰਦੇ, ਪਿੰਡਾਂ ਵਾਲੇ ਦੇ 2 ਫਿਰਦੇ ਆ, ਸਵਾਦ ਤਾਂ ਸੀ ਜੇ ਆਪਣੇ ਟੱਬਰ ਨੂੰ ਉੱਥੇ ਰੱਖਦਾ ਵੀ ਭਾਈ ਇੱਥੇ ਚੌਹਾਂ ਰਸਤਿਆਂ 'ਤੇ ਬਹਿ ਜਾਓ, ਕਿੰਨੇ 5-6-7 ਭਰਾ ਸੀ ਪਿੰਡਾਂ ਵਾਲੇ, ਹੁਣੀ ਟੱਬਰ ਨੂੰ ਬਿਠਾਉਂਦਾ ਉੱਥੇ, ਫਿਰ ਲਾਉਂਦਾ ਮੋਰਚਾ, ਆਪਣੇ ਨਿਆਣੇ ਨੂੰ 4-4 ਸਾਲ ਦੇ ਨੂੰ ਸਿੱਟਦਾ ਟੈਂਕਾਂ ਦੇ ਉੱਤੇ, ਫਿਰ ਦੁਨੀਆ ਕਹਿੰਦੀ ਅਸ਼ਸ਼ ਕਰਦੀ ਕਿਤੇ ਪਿਆ ਲੜਾਈ ਲੜੀ ਆ ਜਾਣੀ, ਠੀਕ ਹੈ, ਆਪਣੇ ਬਚਾ ਕੇ ਰੱਖ ਲਏ ਤੁਸੀਂ ਲੋਕਾਂ ਦੇ ਮਰਾਦਤ 'ਤੇ, ਉਹਨਾਂ ਦੇ ਨਾਂ 'ਤੇ ਗ੍ਰਾਹੀਆਂ ਕਰਨ ਦੀ ਖਾਤਰ ਉਹਨਾਂ ਨੂੰ ਐਡੇ ਐਡੇ ਰੁਤਬੇ ਦੇ ਜਾਂਦੇ, ਸਾਹਿਬਜ਼ਾਦਿਆਂ ਨਾਲ ਜੁੜੀ ਜਾਂਦੇ, ਕੁਛ ਨਹੀਂ ਹੋਇਆ, ਇੱਦਾਂ ਨਹੀਂ ਹੁੰਦਾ ਹੁੰਦਾ, ਸਾਰੀਆਂ ਕਹਾਣੀਆਂ ਝੂਠੀਆਂ ਘੜੀਆਂ ਤੁਸੀਂ, ਜਿੱਦਣ ਸੱਚ ਬੋਲਿਆ, ਜੇ ਸੱਚ ਬੋਲਣਾ ਆ ਤਾਂ ਇਹ ਬੋਲੋ ਵੀ ਸਵੇਗ ਸਿੰਘ ਜੇ ਤੁਹਾਨੂੰ ਉਹ ਕਹਿੰਦਾ ਸੀ ਵੀ ਮੈਂ ਇੰਦਰਾ ਗਾਂਧੀ ਦਾ ਜਲੂਸ ਕੱਢਣਾ, ਉਹ ਤੋਂ ਮੈਂ ਬਦਲਾ ਲੈਣਾ ਆ, ਅਤੇ ਬੰਗਲਾਦੇਸ਼ ਵਾਲੀ ਕਹਾਣੀ ਹੁਣ ਦੁਨੀਆ ਨੂੰ ਕਿਹਾ ਹੁੰਦਾ ਸੀ, ਕਿਉਂ ਨਾ ਪਿੰਡ ਵਾਲੇ ਨੇ ਉਹਦੇ ਘੁਤਾਉਣ 'ਤੇ ਗੋਡਾ ਰੱਖਿਆ, ਪਹਿਲਾਂ ਆਈ ਨੂੰ ਉਹਨੂੰ ਪੁੱਛਦਾ, ਆਮ ਬੰਦੇ ਦੇ ਕੋਲ ਵੀ ਜਦੋਂ ਕੋਈ ਬੰਦਾ ਆ ਕੇ ਕਹਿੰਦਾ ਆ ਅਤੇ ਅਗਲਾ ਕਹਿੰਦਾ ਨਾ ਭਾਈ ਤੂੰ ਪਹਿਲਾਂ ਜਿਹੜੀ ਅਸਲੀ ਕਹਾਣੀ ਉਹ ਤਾਂ ਦੱਸ ਦੂੰ, ਸਾਨੂੰ ਬੇਵਕੂਫ ਕਿਉਂ ਬਣਾਉਣ ਲੱਗਾ, ਭੜਕਾਉਣ ਲੱਗਾ ਸਾਨੂੰ,
ਉਹਨੂੰ ਪਤਾ ਨਹੀਂ ਸੀ, ਕਿਸੇ ਨੇ ਉਹਨੂੰ ਸਵਾਲ ਨਾ ਪੁੱਛਿਆ ਵੀ ਇੰਦਰਾ ਗਾਂਧੀ ਦੇ ਮੂਹਰੇ ਪਾਕਿਸਤਾਨ ਵਰਗੀ ਤਾਕਤ ਨਾ ਖੜ ਸਕੀ, ਤੂੰ ਸਾਨੂੰ ਕਹੀ ਜਾਣਾ ਵੀ ਆਪਾਂ ਬਦਲਾ ਲੈ ਲੈਣਾ, ਲੜ ਲਵਾਂਗੇ, ਕਿੱਦਾਂ ਸਾਡੇ ਉੱਤੇ ਖੁੱਲ੍ਹੀ ਛੱਤ ਆ ਇੱਥੋਂ ਕੋਈ ਜਹਾਜ਼ ਰਾਹੀਂ ਤੋਪ ਦੀ, ਉਹਨੂੰ ਪੁੱਛ ਲੈਂਦੇ ਵੀ ਤੋਪ ਦੀ ਮਾਰ ਕਿੰਨੀ ਆ, ਟੈਂਕ ਦੀ ਮਾਰ ਕਿੰਨੀ ਆ, ਜੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਲੇ ਪਾਸੇ ਅਟੈਕ ਖੜ ਕੇ ਇੱਦਾਂ ਬੰਬ ਸਿੱਟਣਗੇ ਉਹ, ਮਾਸੀ ਦੇ ਪੁੱਤ ਬੈਠੇ ਉੱਥੇ ਉਹਨਾਂ ਦੇ, ਮੰਨ ਲਓ 4 ਦਿਨ 5 ਦਿਨ ਉਹ ਅੰਮ੍ਰਿਤਸਰ ਦੇ ਬਾਹਰ ਕਰਫਿਊ ਲਾਉਂਦੇ ਰੇਡੀਓ ਦੇ ਰਾਹੀਂ, ਜਿਹੜੇ ਨੇੜੇ ਨੇੜੇ ਉਹਦੇ ਆਲੇ ਦੁਆਲੇ ਘਰ ਆ ਉਹਦੇ ਰਾਹੀਂ ਪੁਲਿਸ ਨੂੰ ਭੇਜਦੇ, ਉਹਨਾਂ ਬੰਦਿਆਂ ਨੂੰ ਕਹਿੰਦੇ ਸਾਰੇ ਰੂਪ ਨਿਕਲ ਜਾਓ ਇੱਥੋਂ, ਛੱਡ ਦਿਓ ਇੱਥੋਂ, 2-4 ਬੰਬ ਸਿੱਟ ਦਿੰਦੇ ਉੱਥੇ, ਔਰ ਹਮੇਸ਼ਾ ਲਈ ਟੈਂਟਾਂ ਮੁੱਕ ਜਾਂਦਾ ਉੱਥੇ। ਉਹਨਾਂ ਦਾ ਸਲਾਹ ਹੋਇਆ ਸੀ ਉਹਨੂੰ ਵੀ 1000 ਬੰਦੇ ਮਰਾਉਣੇ ਨਹੀਂ, ਆਪਣਾ ਕਲੰਕ ਲਵਾਉਣਾ, ਟੈਂਕ ਤਾਂ ਚਾੜਿਆ ਹੀ ਆ ਉਹਨਾਂ ਨੇ, ਢਾਹਿਆ ਅਕਾਲ ਤਖ਼ਤ ਉਹਨਾਂ ਨੇ। ਇਸ ਕਰਕੇ ਇਹ ਕਹਾਣੀਆਂ ਲੋਕਾਂ ਦੇ ਮੂਹਰੇ ਸੁਣਾਉਣ ਲੱਗੇ, ਥੋੜ੍ਹਾ ਜਿਹਾ ਲੋਕ ਸਿਆਣੇ ਹੋ ਰਹੇ ਆ। ਅੱਜ ਇਹ ਨਹੀਂ ਹੈਗਾ ਕਿਤੇ ਹੋਇਆ 17ਵੀਂ 18ਵੀਂ ਸਦੀ ਦੇ ਵਿੱਚ ਕੋਈ ਆਪਣੀ ਕੁੜੀ ਦਾ ਬੱਚੇ ਦਾ ਕਤਲ ਕਰਦਾ ਹੋਊਗਾ ਤਾਂ ਦੁਨੀਆ ਸ਼ੋਭਾ ਕਰਦੀ ਹੋਊਗੀ ਉਹਦੀ, ਅੱਜ ਨਹੀਂ ਹੈਗਾ। ਅੱਜ ਜਦੋਂ ਕੋਈ ਹੁੰਦਾ ਤਾਂ ਪੁੱਛ ਲਓ ਬੇਅੰਤ ਕੌਰ ਨੂੰ, ਚੱਕ ਕੇ ਜੇਲ੍ਹ ਛੱਡ ਦਿੰਦੇ ਆ, ਉਹ ਤਾਂ ਟਕਸਾਲੀ ਆ ਜਿਹੜੇ ਜਾ ਕੇ ਹੱਲਾਸ਼ੇਰੀ ਦੇਈ ਜਾਂਦੇ ਆ, ਜਾਣੀ ਸਿਆਣਾ ਬੰਦਾ ਨਹੀਂ ਕਦੇ ਵੀ ਕਰ ਸਕਦਾ। ਠੀਕ ਹੈ, ਕੋਸ਼ ਕਰੋ ਜਾਣੀ। ਇਹ ਕਹਿੰਦਾ ਵੀ ਅੱਗੇ ਸੋਸ਼ਲ ਮੀਡੀਆ ਰਾਹੀਂ ਪਿੰਡ ਵਾਲੇ ਦੀ ਮਿੱਟੀ ਪੱਟ ਹੁੰਦੀ ਸੀ, ਹਨਾ, ਉੱਥੇ ਸਿਰਫ 40% ਲੋਕਾਂ ਕੋਲ ਪੱਟ ਹੁੰਦੀ ਸੀ, ਤੇ ਬਾਕੀ ਜਿਹੜੇ 60% ਆ ਉਹ ਟੀਵੀ ਦੇਖਦੇ ਆ, ਹੁਣ ਅਸੀਂ ਟੀਵੀ ਤੇ ਪਟਾਉਣਾ, ਅਸੀਂ ਪੱਟਾਂਗੇ। ਹੁਣ ਕਹਿੰਦਾ ਸਾਰਿਆਂ ਕੋਲ ਪੱਟਾ, ਜਸਰ ਟਕਸਾਲ ਨੂੰ ਜੜ੍ਹਾਂ ਤੋਂ ਪੱਟ ਕੇ ਹਟਾਂਗੇ ਅਸੀਂ, ਜੀਤਾ ਕਹਿੰਦਾ। ਠੀਕ ਆ, ਸ਼ਾਬਾਸ਼ ਸ਼ਾਬਾਸ਼ ਜਿੱਤਿਆ, ਵੈਲ ਡਨ। ਠੀਕ ਆ, ਵਧਾਈ ਦਾ ਪਾਤਰ ਆ। ਜਿੱਦਣ ਵੀ ਇਤਿਹਾਸ ਲਿਖਿਆ ਗਿਆ ਤੇਰਾ ਨਾਂ ਗੁਰਪ੍ਰੀਤ ਕੈਲੀਫੋਰਨੀਆ ਵਾਲੇ ਤੋਂ, ਜਸਵਿੰਦਰ ਬੂਟ ਤੋਂ, ਜਸਵਿੰਦਰ ਜੱਸੀ ਤੋਂ, ਉਹਨਾਂ ਤੋਂ ਮੂਹਰੇ ਆਉਣਾ। ਠੀਕ ਆ, ਤਕੜਾ ਹੋ ਕੇ ਲੱਗਾ ਰਹਿ, ਹੁਣ ਜਾਣੀ ਡਟਿਆ ਰਹਿ ਮਿੱਤਰਾ, ਸ਼ਾਬਾਸ਼। ਇਹਨੇ ਜਿੱਤੇ ਨੇ ਜਦੋਂ ਪਿੱਛੇ ਉੱਥੇ ਗਿਆ ਇਹ ਸਾਊਥ ਹਾਲ, ਉਹ ਆਪਾਂ ਵਿਚਾਰਨ ਲੱਗੇ ਸੀ ਬੁੱਧਵਾਰੀ, ਜਾਣੀ ਕੱਲ੍ਹ ਨੂੰ ਕਰਾਂਗੇ, ਉਹ ਵਧੀਆ ਆ, ਵੀ ਇੰਟਰਸਟਿੰਗ ਆ ਬਹੁਤ। ਉੱਥੇ ਨੇ ਬੇਨਤੀ ਕੀਤੀ ਸੀ ਵੀ ਕੋਈ ਵੀ ਨੌਜਵਾਨ, ਕੋਈ ਵੀ ਬੰਦਾ ਇੱਦਾਂ ਰੇਡੀਓ ਬਿਰਸਾ ਦੇ ਹਰਨੇਕ ਉਹਨਾਂ ਦੇ ਵਿਰੁੱਧ ਬੋਲਣਾ ਚਾਹੇ ਤੇ ਸੰਪਰਕ ਕਰੇ ਸਾਡੇ ਨਾਲ, ਤੇ ਜੇ ਤੇ ਇੰਗਲੈਂਡ ਵਾਲੇ ਨੇ ਦੱਸਿਆ ਨਹੀਂ ਪਏ ਇਹਦੇ ਕੋਲ ਕਿੰਨੇ ਕੁ ਨਾਂ ਗਏ ਆ ਨਵੀਆਂ ਬੰਦਿਆਂ 'ਚ। ਠੀਕ ਆ, ਕੋਈ ਨਾਮੀ ਬੰਦੇ ਤੁਸੀਂ ਇੱਦਾਂ ਵਧੀਆ ਬੰਦੇ ਲੈ ਆਵੋ ਥੋੜ੍ਹੇ ਜਿਹੇ, ਜਿਹਨੂੰ ਪਤਾ ਹੋਵੇ ਤੇ ਚੰਗੀ ਗੱਲ ਆ, ਇਲਜ਼ਾਮ ਹੀ ਲਾਉਣੇ, ਬੋਲਣਾ ਤਾਂ ਝੂਠੇ ਹੀ ਆ ਤੁਸੀਂ। ਠੀਕ ਆ, ਸਿਫਤਾਂ ਜਿਹੜੀਆਂ ਕਰਨੀਆਂ ਤੁਸੀਂ ਪਿੰਡਾਂ ਦੀ ਉਹ ਵੀ ਝੂਠ ਆ, ਜੋ ਸਾਡੇ ਬਾਰੇ ਕਹਿਣਾ, ਸਾਡੀ ਤਾਂ ਕੋਈ ਗੱਲ ਸੁਣਾਉਣੀ ਨਹੀਂ ਤੁਸੀਂ, ਤੁਸੀਂ ਕੋਲ ਬਰਾਜ ਵਾਲਾ ਸੁਣਾ ਤਾ ਇਹ ਇੱਦਾਂ 2-4-5 ਮਿੰਟ ਦੀ ਕਲਿੱਪ ਸੁਣਾ ਕੇ ਸਾਡੇ, ਫਿਰ ਟੀਵੀ 'ਤੇ ਗੱਲ ਕਰੋ, ਲੋਕਾਂ ਨੂੰ ਦੱਸੋ ਵੀ ਕੀ ਕਹਿੰਦੇ ਸੀ। ਠੀਕ ਆ, ਬੇਨਤੀ ਸਾਡੀ ਕਬੂਲ ਲਓ, ਭਿੰਡਰ ਵਾਲੀ ਦੀ ਇੱਜ਼ਤ ਬਚਾਉਣਾ ਚਾਹੁੰਦੇ ਹਾਂ ਅਸੀਂ। ਠੀਕ ਆ, ਬਚ ਸਕਦੀ ਆ ਉਹਦੀ, ਜੇ ਜਿੰਨੀ ਹੈਗੀ ਆ ਉਨੀ ਰੱਖ ਲਓ ਅਜੇ ਵੀ। ਜੇ ਤੁਸੀਂ ਅੱਜ ਦੇ ਬੰਦੇ ਜਿਹੜੇ ਧੁੰਮਾ, ਜੇ ਖੰਡਾ ਇਹ ਕਹਿੰਦਾ ਭਾਈ ਧੁੰਮੇ ਨੂੰ ਤਾਂ ਅਸੀਂ ਵੀ ਗਲਤ ਕਹਿੰਦੇ ਹਾਂ, ਹਾਂਜੀ ਠੀਕ ਹੈ ਨਾ, ਮੰਨ ਲਿਆ। ਹੁਣ ਖੰਡੇ ਨੂੰ ਸਵਾਲ ਆ ਸਾਡਾ, ਧੁੰਮੇ ਨੇ ਉਹ ਕੀ ਕੀਤਾ ਜਿਹੜਾ ਤੁਹਾਨੂੰ ਗਲਤ ਲੱਗਦਾ? ਠੀਕ ਆ, ਫਿਰ ਤੁਸੀਂ ਦੱਸੋ, ਜੇ ਬਸਣ ਸਿੰਘ ਜਫਰਵਾਲ ਨੂੰ ਤੁਸੀਂ ਕਹਿੰਦੇ ਵੀ ਸਾਰੇ ਜਿਹੜੇ ਅਸਲੀ ਟਕਸਾਲੀ ਆ, ਹਾਂਜੀ ਜਿਹੜੀ ਕੌਮ ਆ ਉਹਨੂੰ ਤਾਂ ਗਲਤ ਕਹਿੰਦੀ ਆ, ਫਿਰ ਖੰਡਿਆ ਤੇਰੇ 'ਚ ਠੀਕ ਕੀ ਆ? ਤੂੰ ਦੱਸ, ਉਹ ਬੰਦਿਆਂ ਦੀ ਲਿਸਟ ਦੇ ਸਾਨੂੰ। ਅਸੀਂ ਮੰਨ ਲਿਆ ਵੀ ਬਸਣ ਸਿੰਘ ਜਫਰਵਾਲ ਜਿਹੜਾ ਆ ਉਹ ਬੰਦਾ ਹੋ ਗਿਆ ਗਲਤ ਪਾਸੇ, ਉਹ ਰਲ ਗਿਆ ਉੱਧਰ। ਠੀਕ ਆ, ਬਾਕੀ ਵੀ ਤੁਸੀਂ ਕਹਿੰਦੇ ਵੀ ਧੁੰਮਾ ਟਕਸਾਲ ਦਾ ਮੁਖੀ ਠੀਕ ਨਹੀਂ, ਠਾਕਰ ਸਿੰਘ ਗਲਤੀਆਂ ਕਰਦਾ ਰਿਹਾ, ਅਮਰੀਕ ਸਿੰਘ ਆਪਣੀ ਜਗ੍ਹਾ, ਤੂੰ ਠੀਕ ਬੰਦਿਆਂ ਦੀ ਲਿਸਟ ਦੇ ਸਾਨੂੰ ਪਹਿਲਾਂ, ਕੇ ਟੀ ਵੀ ਤੋਂ ਜਾਰੀ ਕਰੋ ਵੀ ਇਹ ਬੰਦੇ ਅਸਲੀ ਸੰਘਰਸ਼ ਵਾਲੇ ਆ, ਉਹਨਾਂ ਬਾਰੇ ਵਿਚਾਰ ਕਰੀਏ। ਠੀਕ, ਸਾਡਾ ਤਾਂ ਸਵਾਲ ਇਹ ਆ ਵੀ ਜਿਹੜਾ ਬੰਦਾ ਫੜਿਆ ਜਾਂਦਾ ਨਾ, ਹਾਂਜੀ
ਜਿਹੜਾ ਨਸ਼ਰ ਹੋ ਜਾਂਦਾ ਉਹਦੇ ਬਾਰੇ ਤੁਸੀਂ ਕਹਿੰਦੇ ਨੇ ਤਾਂ ਵਿਕ ਗਿਆ, ਆਪਣੇ ਆਪ ਨੂੰ ਤੁਸੀਂ ਦੂਜੀ ਕਤਾਰ 'ਚ ਖੜੇ ਰੱਖਦੇ ਹੋ ਵੀ ਅਸੀਂ ਕੌਮੀ ਹਾਂ, ਅਸੀਂ ਧਾਰਮਿਕ ਹਾਂ, ਉਹ ਵਿਕ ਗਿਆ, ਇਸ ਬਾਰੇ ਉਹਦੇ ਬਾਰੇ ਨਾ ਗੱਲ ਕਰੋ, ਸਾਨੂੰ ਬੋਲਣ ਦਿਓ, ਅਸੀਂ ਅਸੀਂ ਤਾਂ ਸਾਰਿਆਂ ਦੇ ਉੱਤੇ ਸ਼ੱਕ ਕਰਦੇ ਹਾਂ। ਅਸੀਂ ਜਦੋਂ ਤੁਹਾਨੂੰ ਇਹ ਕਹਿ ਦਿੱਤਾ ਵੀ ਵੀ ਜਿੱਦਣ ਸਵੇਕ ਸਿੰਘ ਗਿਆ ਉਹਦੇ ਉੱਤੇ ਕੋਈ ਸਵਾਲ ਨਹੀਂ ਹੋਇਆ, ਲਾਭ ਸਿੰਘ ਗਿਆ ਉਹਦੇ ਉੱਤੇ ਕੋਈ ਸਵਾਲ ਨਹੀਂ ਹੋਇਆ, ਸਿਮਰਜੀਤ ਸਿੰਘ ਮਾਨ ਆਇਆ ਪੁਲਿਸ ਦੇ ਵਿੱਚ ਉਹ 'ਤੇ ਕੋਈ ਸਵਾਲ ਨਹੀਂ ਹੋਇਆ, ਜਿੱਦਣ ਇਹ ਇਹ ਕਿਉਂ ਨਾ ਮੰਨੀਏ ਅਸੀਂ ਵੀ ਖੇੜੇ ਸਰਕਾਰ ਨੇ ਖੜਵਾਈ ਆ, ਜੇ ਕਰਤਾਰ ਸਿੰਘ ਤੋਂ 37 ਨਗਰ ਕੀਰਤਨ ਉਹ ਖੁੱਲ੍ਹ ਦੇ ਕੇ ਖੜਵਾ ਰਹੇ ਆ, ਜੇ ਪਿੰਡਰਾਲੇ ਨੂੰ ਟਕਸਾਲ ਦਾ ਮੁਖੀ ਉਹ ਬਣਾ ਰਹੇ ਆ, ਜੇ ਜੇ ਉਹਦੇ ਜਗਤ ਨਾਰਾਇਣ ਦੇ ਕਤਲ ਵਿੱਚ ਇਹਨੂੰ ਛੱਡਿਆ ਜਾ ਰਿਹਾ, ਜੇ ਚੰਦੋ ਕਲਾਂ 'ਚ ਉਹਨੂੰ ਬਰੀ ਕੀਤਾ ਜਾ ਰਿਹਾ ਆ, ਗੱਡੀ ਦੇ ਵਿੱਚ ਹੀ ਸੇਫ ਸੁਰੱਖਿਅਤ ਕੱਢਿਆ ਜਾ ਰਿਹਾ ਆ, ਜੇ ਇੰਨਾ ਚਿਰ ਇਹਨੂੰ ਇੰਨੀ ਵੇਟੇਜ ਦਿੱਤੀ ਆ, ਐਡੀ ਵੱਡੀ ਧਿਰ ਅਕਾਲੀ ਦਲ ਦੀ ਉਹਦੇ ਬਰਾਬਰ ਇੱਦਾਂ ਇਹਨੂੰ ਸਰਕਾਰੀ ਸ਼ਹਿ ਮਿਲੀ ਆ, ਇੰਨੇ ਹਥਿਆਰ ਇਹਨਾਂ ਦੇ ਕੋਲ ਰਹੇ ਆ, ਕਿਸੇ ਨੇ ਕੋਈ ਕੋਈ ਛਾਣਨਾ ਨਹੀਂ ਲਾਇਆ ਉਹਦੇ ਉੱਤੇ, ਅਤੇ ਸਾਨੂੰ ਸਾਨੂੰ ਸਾਡਾ ਦਿਮਾਗ ਨਹੀਂ ਮੰਨਦਾ ਹੈ ਵੀ ਖੇਡ ਸਰਕਾਰੀ ਸ਼ਹਿ ਤੋਂ ਬਿਨਾਂ ਹੋਈ ਆ। ਘੱਟ ਗਿਣਤੀ ਸੀ ਅਸੀਂ, ਲੀਡਰ ਹੋਣ ਦਾ ਕੋਈ ਵੀ ਰੋਲ ਜਿਹੜਾ ਪਿੰਡਰਾਲੇ ਨੇ ਨਹੀਂ ਨਿਭਾਇਆ, ਜਿਹੜੀਆਂ ਧਮਕੀਆਂ ਉਹ ਦਿੰਦਾ ਰਿਹਾ, ਜਿੱਦਾਂ ਦੀਆਂ ਫੜਾਂ ਮਾਰਦਾ ਰਿਹਾ। ਅੱਜ ਜਿਹੜੇ ਬੰਦੇ ਮੋਦੀ ਦਾ ਮਜ਼ਾਕ ਉਡਾਉਂਦੇ ਆ ਨਾ ਵੀ ਦੇਖੋ ਇਮਰਾਨ ਖਾਨ ਕਿੰਨਾ ਸਿਆਣਾ ਆ, ਉਹ ਲੋਕਾਂ ਨੂੰ ਤਾਂ ਸ਼ਰਮ ਚਾਹੀਦੀ ਯਾਰ, ਤੁਸੀਂ ਜੇ ਭਿੰਡਰਾਂ ਵਾਲੇ ਦੀਆਂ ਫੜਾਂ ਨੂੰ ਤੁਸੀਂ ਸਹੀ ਠਹਿਰਾਉਂਦੇ ਸੀ ਤਾਂ ਅੱਜ ਮੋਦੀ ਨੂੰ ਗਲਤ ਕਿਉਂ ਕਹਿ ਰਹੇ ਤੁਸੀਂ? ਇਹੀ ਕੁਛ ਨਹੀਂ ਪਿੰਡਰਾਲਾ ਕਰਦਾ ਰਿਹਾ, ਇੱਦਾਂ ਫੜਾਂ ਸੀ ਵੀ ਜੇ ਟੈਂਕ ਚਾੜ੍ਹ ਦਿੱਤੇ ਅਸੀਂ ਐਂ ਕਰ ਦਿਆਂਗੇ, ਪੰਜਾਬ ਦਾ ਲੱਲੀ ਰਾਮ ਅਤੇ ਗੁੱਲੀ ਰਾਮ ਨਹੀਂ ਛੱਡਣਾ, ਅਸੀਂ ਆਹ ਨਹੀਂ ਕਰਨਾ, ਆਹ ਨਹੀਂ ਕਰਨਾ। ਚਲੋ ਧੰਨਵਾਦ ਜੀ, ਆਪਾਂ ਸਮਾਪਤੀ ਕਰੀਏ, ਟਾਈਮ ਤਾਂ ਲਾ ਸਕਦੇ ਹੋਰ ਪਰ ਨਹੀਂ, ਅਸੀਂ ਹੋਰ ਵੀ ਕੰਮ ਕਰ ਕਰਨੇ ਵੀ ਗੱਲ ਤਾਂ ਖਤਮ ਨਹੀਂ ਹੋ ਜਾਣੀ ਇੱਥੇ, ਠੀਕ ਆ। ਮਿਲਾਂਗੇ ਆਪਾਂ ਕੱਲ੍ਹ ਨੂੰ, ਤੁਹਾਨੂੰ ਕੱਲ੍ਹ ਨੂੰ ਐਤਵਾਰ ਆ ਦੁਪਹਿਰ 1 ਵਜੇ ਤੋਂ 5 ਵਜੇ ਤੱਕ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ। ਉਨ੍ਹਾਂ ਚਿਰ ਸਾਡੇ ਵੱਲੋਂ ਕਿੱਦਾਂ ਕਹਿੰਦੇ ਹੁੰਦੇ, ਖੁਦਾ ਹਾਫਜ਼, ਖੁਦਾ ਸ਼ੁਬਾ ਖੈਰ, ਖੁਦਾ ਹਾਫਜ਼, ਸ਼ਬਾ ਖੈਰ, ਹੋਰ ਪਤਾ ਨਹੀਂ ਕਿ, ਟੇਕ ਕੇਅਰ, ਹਾਂ ਨਮਸਤੇ, ਇੱਦਾਂ ਵਾਹਿਗੁਰੂ ਜੀ ਕਾ ਖਾਲਸਾ, ਇੱਦਾਂ ਜੋ ਜੋ ਵੀ ਕਹਿਣਾ ਉਹ ਕਹਾ ਲਓ, ਇਹ ਗੱਲ ਦੱਸ ਦਿੰਦੇ ਹਾਂ। ਜੇ ਤਾਂ ਤੁਸੀਂ ਕਹੋਗੇ ਫਤਿਹ ਬੁਲਾਉਣੀ ਜ਼ਰੂਰੀ ਆ, ਫਿਰ ਤਾਂ ਐਸੀ ਤੈਸੀ ਤੁਹਾਡੀ ਤਾਂ ਵਿੱਚੇ ਤੁਹਾਡੇ ਮੰਨਣੇ ਵਾਲੇ ਦੀ, ਅਸੀਂ ਨਹੀਂ ਬੁਲਾਉਣੀ ਫਤਿਹ। ਜੇ ਤੁਸੀਂ ਕਹੋਗੇ ਤੁਹਾਨੂੰ ਬੁਲਾਉਣ ਨਹੀਂ ਦੇਣੀ, ਫਿਰ ਜ਼ਰੂਰ ਬੁਲਾਵਾਂਗੇ, ਫਿਰ ਤੁਹਾਡੇ ਬਾਪ ਦਾ ਬਾਪ ਵੀ ਰੋਕ ਨਹੀਂ ਸਕਦਾ ਤੁਹਾਨੂੰ। ਮਰਜ਼ੀ ਆ ਸਾਡੀ, ਅਸੀਂ ਤਾਂ ਮਰਜ਼ੀ ਦੇ ਮਾਲਕ ਹਾਂ, ਜੋ ਜੀ ਕਰੂਗਾ ਉਹ ਕਰਾਂਗੇ, ਤੁਹਾਡਾ ਕੋਈ ਕਾਨੂੰਨ ਕੋਈ ਨਿਯਮ ਸਾਡੇ 'ਤੇ ਲਾਗੂ ਨਹੀਂ ਹੁੰਦਾ, ਸਥਾਨਕ ਕਾਨੂੰਨ ਜਿਹੜਾ ਆ ਉਹ ਅਸੀਂ ਮੰਨਦੇ ਹਾਂ, ਉਹਨੂੰ ਤੋੜਾਂਗੇ ਅਸੀਂ ਕੋਈ ਨਹੀਂ, ਠੀਕ ਹੈ। ਇਨਸਾਨੀਅਤ ਦੀ ਸਾਨੂੰ ਸਮਝ ਆ, ਮੋਰਲਟੀ ਨੈਤਿਕਤਾ ਦਾ ਸਾਨੂੰ ਪਤਾ ਆ, ਅਸੀਂ ਤਾਂ ਹੀ ਅਸੀਂ ਇੱਥੋਂ ਕਹਿੰਦੇ ਹਾਂ। ਮੈਂ 3.5 ਘੰਟੇ ਇੱਥੇ ਬੈਠਾ, ਪਹਿਲੇ 5 ਮਿੰਟਾਂ 'ਚ ਕਹਿ ਦਿੱਤਾ ਸੀ ਵੀ ਬੇਨਤੀ ਆ ਟਕਸਾਲੀਆਂ ਨੂੰ, ਜਿਹੜੇ ਬੰਦੇ ਵਿਕਰ ਵਾਲੀ ਫੀਲਡ ਵਿਕਰ ਫੀਲਡ ਵਾਲੀ ਘਟਨਾ ਨੂੰ ਸਹੀ ਮੰਨਦੇ ਆ, ਜਿਹੜੇ ਸਾਡਾ ਨਾਂ ਜੋੜਦੇ ਆ, ਫੋਨ ਕਰਿਓ। ਇੱਥੇ ਕਿਸੇ ਕੋਈ ਗੱਲ ਨਹੀਂ ਹੋਈ, ਕਿਸੇ ਦਾ ਫੋਨ ਨਹੀਂ ਆਇਆ। ਕੱਲ੍ਹ ਨੂੰ ਵੀ ਅਸੀਂ 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 ਕਰ ਦਿੰਦੇ ਹਾਂ ਬੇਨਤੀ ਤੁਹਾਨੂੰ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ ਜੇ ਤੁਸੀਂ ਚਾਹੁੰਦੇ ਹੋਏ ਗੱਲ ਕਰਨੀ ਤਾਂ ਜ਼ਰੂਰ ਸਾਡੇ ਨਾਲ ਕਰਕੇ ਵਿਚਾਰ ਇਸ ਵਿਸ਼ੇ ਦੇ ਉੱਤੇ, ਸਰੋਤਿਆਂ ਦੇ ਸਾਹਮਣੇ ਆਪਾਂ ਜੋ ਗੱਲ ਨੂੰ ਉਤਾਰ ਸਕਦੇ ਹਾਂ। ਦੁੱਧ ਨੂੰ ਕਿੱਦਾਂ ਕਹਿੰਦੇ ਹੁੰਦੇ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ, ਆਪਾਂ ਸਾਹਮਣੇ ਸਰੋਤਿਆਂ ਦੇ ਕਰਾਂਗੇ।